ਜਸਬੀਰ ਭੁੱਲਰ ਦੀ ਪੁਸਤਕ ਹੇ ਜਸਬੀਰ ਕੰਬਖਤ ਦੀ ਕਹਾਣੀ ਜੰਗਲ। ਉਸ ਵੇਲੇ ਪੱਤਾ ਵੀ ਨਹੀਂ ਸੀ ਹਿੱਲ ਰਿਹਾ। ਸ਼ਿੰਗਾਰਾ ਸਿੰਘ ਨੇ ਕਮੀਜ਼ ਦੇ ਕਫ ਨਾਲ ਮੱਥੇ ਦਾ ਮੁੜਕਾ ਪੂੰਝਿਆ। ਆਓ ਆਪਾਂ ਪੂਰੇ ਗਿਣੀਏ। ਆਉਂਦੇ ਨੇ ਪੂਰੇ ਗਿਣਿਆ ਹਵਾ ਚੱਲ ਪੈਂਦੀ ਹੈ। ਜਿਹੜੀਆਂ ਹਵਾਵਾਂ ਵਗਣੀਆਂ ਸੀ ਵਗ ਗਈਆਂ। ਬੰਸੋ ਚੌਂਕੇ 'ਚ ਖਿਜੀ ਹੋਈ ਬੋਲੀ, ਪਹਿਲਾਂ ਰੋਟੀ ਨਿਬੇੜ ਲਓ, ਮੈਂ ਵੀ ਸੇਕ ਅੱਗੋਂ ਉੱਠਾਂ। ਡੁੱਬਦੀ ਸ਼ਾਮ 'ਚ ਹਨੇਰਾ ਹੌਲੀ ਹੌਲੀ ਘੁਲ ਰਿਹਾ ਸੀ। ਸ਼ਿੰਗਾਰਾ ਸਿੰਘ ਨੇ ਆਖਰੀ ਬੁਰਕੀ ਅੰਦਰ ਲੰਘਾਈ, ਉੱਠ ਕੇ ਖਾਲੀ ਥਾਲੀ ਚੌਂਕੇ ਦੀ ਬਨੇਰੇ ਕੋਲ ਰੱਖ ਦਿੱਤੀ। ਨਲਕੇ ਤੋਂ ਹੱਥ ਧੋ ਕੇ ਪਾਣੀ ਦੀ ਚੂਲੀ ਕਰ ਕੁਝ ਦੇਰ ਮੂੰਹ 'ਚ ਹੰਘਾਲਦਾ ਰਿਹਾ, ਫਿਰ ਧਰੇਕ ਦੇ ਮੁੱਢ ਵੱਲ ਕੁਰਲੀ ਕਰਦੀ। ਉਹਨੇ ਗਿੱਲੇ ਹੱਥ ਗਲ ਵਾਲੀ ਕਮੀਜ਼ ਨਾਲ ਪੂੰਝੇ ਅਤੇ ਦਾੜ੍ਹੀ 'ਤੇ ਹੱਥ ਫੇਰਦਿਆਂ ਮੁੜ ਮੰਜੇ 'ਤੇ ਆ ਬੈਠ। ਸੁੱਖੀ ਅਤੇ ਜੰਗੀ ਖੇੜੇ ਪੈ ਗਏ। ਅਖੇ ਅੱਜ ਬਾਤ ਜ਼ਰੂਰ ਸੁਣਨੀ ਹੈ। ਸੁੱਖੀ ਜੰਗੀ ਤੋਂ 2 ਵਰੇ ਵੱਡੀ ਸੀ। ਜੰਗੀ ਤਾਂ ਉਵੇਂ ਭਾਵੇਂ ਉਰਲੀਆਂ ਪਰਲੀਆਂ ਨਾਲ ਵਰਚ ਜਾਂਦਾ, ਪਰ ਸੁੱਖੀ ਨੇ ਜ਼ਿੱਦ ਪੁਗਾਉਣ ਲਈ ਭਰਾ ਨੂੰ ਵੀ ਨਾਲ ਲੈ ਲਿਆ। ਬਾਤਾਂ ਡਰੀਆਂ ਹੋਈਆਂ ਸੀ, ਇਸ 'ਚ ਭੈਣ ਭਰਾ ਦਾ ਤਾਂ ਕੋਈ ਦੋਸ਼ ਨਹੀਂ ਸੀ। ਇਹ ਤੋਂ ਪਹਿਲਾਂ ਕਿ ਬਾਤਾਂ ਹੀ ਮਰ ਮੁੱਕ ਜਾਣ, ਉਹਨਾਂ ਨੂੰ ਵੱਧ ਤੋਂ ਵੱਧ ਬਾਤਾਂ ਪਾ ਲੈਣੀਆਂ ਚਾਹੀਦੀਆਂ ਸੀ। ਸ਼ਿੰਗਾਰਾ ਸਿੰਘ ਨੇ ਦੋਹਾਂ ਉੱਤੋਂ ਦੀ ਬਾਂਹ ਬੁਲਾ ਦਿੱਤੀ ਅਤੇ ਆਪਣੇ ਨਾਲ ਘੁੱਟਦਿਆਂ ਬੋਲਿਆ, ਅੱਜ ਤਾਂ ਤੁਹਾਨੂੰ ਬਾਤ ਸੁਣਾਈ ਦੇਣੀ ਹੈ। ਦੋਹਾਂ ਦੀਆਂ ਅੱਖਾਂ 'ਚ ਦੀਵੇ ਬਲ ਪਏ। ਬੰਸੋ ਨੇ ਆਪਣੇ ਲਈ ਥਾਲੀ ਪਰੋਸ ਲਈ, ਉਹਨੇ ਪਹਿਲੀ ਬੁਰਕੀ ਤੋੜੀ। ਉਹਦਾ ਹੱਥ ਮੂੰਹ ਵੱਲ ਜਾਂਦਾ ਜਾਂਦਾ ਰੁਕ ਗਿਆ। ਇਸ ਵੇਲੇ ਕਿਸੇ ਵੀ ਬਾਹਰੋਂ ਆਉਣ ਵਾਲੇ ਨੇ ਪਰਾਹੁਣੇ ਨਹੀਂ ਸੀ ਹੋਣਾ। ਸਮੇਂ ਦਾ ਗੇੜਾ ਜੋ ਪੁੱਠਾ ਸੀ, ਪਰਾਹੁਣੇ ਤਾਂ ਹੁਣ ਘਰਾਂ 'ਚ ਰਹਿਣ ਵਾਲੇ ਜੀ ਹੋ ਗਏ ਸੀ। ਕੀ ਪਤਾ ਕਿਹੜੇ ਵੇਲੇ ਤੁਰ ਜਾਣ। ਉਹ ਕਾਹਲੀ ਨਾਲ ਬੋਲੀ, ਪਹਿਲਾਂ ਜੰਦਰਾ ਲਾ ਆਉਣਾ ਸੀ। ਬਾਹਰ ਵਾਲੇ ਬੂਹੇ ਦਾ ਕੁੰਡਾ ਅੰਦਰੋਂ ਕੁਝ ਇਸ ਤਰ੍ਹਾਂ ਬੰਦ ਸੀ ਜਿਵੇਂ ਕਦੀ ਕਿਸੇ ਲਈ ਖੁੱਲ੍ਹਣਾ ਹੀ ਨਹੀਂ ਹੁੰਦਾ, ਪਰ ਇਹ ਬਹੁਤ ਨਹੀਂ ਸੀ। ਉਹਨੇ ਜੰਦਰਾ ਮਾਰ ਕੇ 2-3 ਵਾਰ ਖਿੱਚਿਆ, ਵਾਪਸ ਮੁੜਿਆ। 5 ਕਲਿਆਣੀ ਨੇ ਖੁਰਲੀ 'ਚੋਂ ਮੂੰਹ ਚੁੱਕ ਕੇ ਉਹਦੇ ਵੱਲ ਵੇਖਿਆ। ਸ਼ਿੰਗਾਰਾ ਸਿੰਘ ਨੇ ਪਿਆਰ ਨਾਲ ਮੱਝ ਦਾ ਮੱਥਾ ਖੁਰਕਿਆ, ਫਿਰ ਉਹਦੇ ਅੱਗੇ ਪਏ ਪੱਠਿਆਂ 'ਚ ਹੱਥ ਫੇਰਨ ਲੱਗ ਪਿਆ। ਕੁਝ ਪਰਾਂ ਬਾਂਸ ਦੀ ਪੌੜੀ ਕੰਧ ਨਾਲ ਲੱਗੀ ਪਈ ਸੀ। ਉਹਨੇ ਪੌੜੀ ਚੁੱਕੀ, ਹੇਠਾਂ ਲੰਮੇ ਪਾ ਦਿੱਤੇ। ਬੰਸੋ ਰੋਟੀ ਨਿਬੇੜ ਕੇ ਭਾਂਡੇ ਸਾਬਣ ਲੱਗ ਪਈ। ਉਹਨੇ ਬਾਂਹ ਨਾਲ ਅੱਖਾਂ ਅੱਗੇ ਆ ਗਏ ਵਾਲ ਪਿਛਾਂ ਕੀਤੇ। ਮੈਂ ਚੌਂਕਾ ਚੁੱਲ੍ਹਾ ਸਾਂਭ ਕੇ ਦੁੱਧ ਅੰਦਰ ਹੀ ਲੈ ਆਉਂਦੀ ਹਾਂ। ਇੰਨੇ ਹੁੱਟ 'ਚ ਅੰਦਰ ਪੈਣ ਦੀ ਕੋਈ ਤੁੱਕ ਨਹੀਂ, ਪਰ ਹੁਣ ਰਾਤਾਂ ਉਹ ਨਹੀਂ ਸੀ ਰਹੀਆਂ ਕਿ ਟੱਬਰ ਅੰਬਰ ਹੇਠ ਮੰਜੇ ਡਾਹ ਕੇ ਘੂਕ ਸੌਂ ਜਾਵੇ। ਉਹ ਚੁੱਪ ਚਾਪ ਉੱਠ ਖਲੋਤਾ, ਅੰਦਰ ਘੁੱਪ ਹਨੇਰਾ ਸੀ। ਉਹਦਾ ਹੱਥ ਬਿਜਲੀ ਦੇ ਸਵਿੱਚ ਵੱਲ ਜਾਂਦਾ ਜਾਂਦਾ ਰੁਕ ਗਿਆ। ਜਦੋਂ ਹਨੇਰਾ ਹੈ ਤਾਂ ਉਹਨੂੰ ਹਨੇਰੇ 'ਚ ਹੀ ਕੰਮ ਕਰਨ ਦੀ ਜਾਂਚ ਆਉਣੀ ਚਾਹੀਦੀ ਸੀ। ਉਹਨੇ ਟੋਹ ਕੇ ਪੱਖੇ ਦਾ ਸਵਿੱਚ ਨੱਪਿਆ ਅਤੇ ਫਿਰ ਹੱਥ ਪਛਾਂਹ ਖਿੱਚ ਲਿਆ। ਗਲੋਂ ਝੱਗਾ ਲਾ ਕੇ ਉਹਨੇ ਕਿੱਲੀ ਨਾਲ ਟੰਗ ਦਿੱਤਾ। ਕੁਝ ਚਿਰ ਪੱਖੇ ਹੇਠ ਖਲੋਤਾ ਉਹ ਹਵਾ ਨੂੰ ਮਾਣਦਾ ਰਿਹਾ। ਅੱਖਾਂ ਕੁਛ ਹਨੇਰੇ ਦੀਆਂ ਆਦੀ ਹੋਈਆਂ ਤਾਂ ਉਹਨੇ ਪੇਟੀ ਤੋਂ ਬਿਸਤਰੇ ਚੁੱਕੇ ਅਤੇ ਵਿਛਾ ਦਿੱਤੇ। ਸੁੱਕੇ ਪਾਣੀ ਦਾ ਜੱਗ ਭਰ ਲਿਆਈ ਅਤੇ ਕੌਲੀ ਨਾਲ ਢੱਕ ਕੇ ਤਿਪਾਈ 'ਤੇ ਰੱਖ ਦਿੱਤਾ। ਦੋਵੇਂ ਭੈਣ ਭਰਾ ਸ਼ਿੰਗਾਰਾ ਸਿੰਘ ਦੇ ਸੱਜੇ ਖੱਬੇ ਬੈਠ ਗਏ, ਪਰ ਬਾਤ ਜਿਵੇਂ ਪੁਰਾਣੀ ਲੀਰ ਸੀ। ਸ਼ਿੰਗਾਰਾ ਸਿੰਘ ਦੇ ਚੇਤੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਕਿਤੇ ਮਲਿਆਂ ਝਾੜੀਆਂ ਨਾਲ ਅਟਕੀ ਰਹਿ ਜਾਂਦੀ ਸੀ। ਬਾਹਰ ਚੌਂਕੇ 'ਚ ਭਾਂਡਾ ਟਿੰਡਾ ਸਾਂਭਣ ਦੀਆਂ ਆਵਾਜ਼ਾਂ ਆ ਰਹੀਆਂ ਸੀ। ਉਹਨੇ ਕਾਹਲੀ ਕਾਹਲੀ ਆਪਣੇ ਜ਼ਹਿਨ ਨੂੰ ਹੰਘਾਲਿਆ, ਬਾਤ ਚੇਤੇ ਕਰਨ ਦੀ ਕੋਸ਼ਿਸ਼ 'ਚ ਅੱਖਾਂ ਮੀਟ ਲਈਆਂ। ਆਪਣੇ ਹਨੇਰੇ ਦੀਆਂ ਗੁੱਠਾਂ ਪੂੰਜਾਂ ਫਰੋਲਣ ਲੱਗ ਪਿਆ। ਇੱਕ ਜੰਗਲ ਸੀ। ਉਹਨੇ ਖੰਘੂਰਾ ਮਾਰ ਕੇ ਗਲਾ ਸਾਫ਼ ਕੀਤਾ। ਦੋਵੇਂ ਭੈਣ ਭਰਾ ਚੁਕੰਨੇ ਹੋ ਗਏ। ਇੱਕ ਜੰਗਲ ਸੀ, ਸ਼ਿੰਗਾਰਾ ਸਿੰਘ ਨੇ ਮੁੜ ਦੁਹਰਾਇਆ। ਬਾਤ ਉਹਦੇ ਚੇਤੇ 'ਚ ਹੌਲੀ ਹੌਲੀ ਤੈਰਨ ਲੱਗ ਪਈ। ਜੰਗਲ 'ਚ ਭਾਂਤ ਭਾਂਤ ਦੇ ਜਨੌਰ ਰਹਿੰਦੇ ਸੀ, ਪਰ ਉਹਨਾਂ ਜਨੌਰਾਂ ਦੀ ਗਿਣਤੀ ਉੱਥੇ ਬਹੁਤੀ ਸੀ ਜਿਨ੍ਹਾਂ ਨੂੰ ਕਦੇ ਵੀ ਕੋਈ ਮਾਰ ਕੇ ਖਾ ਸਕਦਾ ਹੁੰਦਾ। ਆਮ ਤੌਰ 'ਤੇ ਜੰਗਲ ਦਾ ਰਾਜਾ ਸ਼ੇਰ ਹੁੰਦਾ, ਪਰ ਇੱਕ ਗੱਲ ਹੈਰਾਨ ਕਰਨ ਵਾਲੀ ਸੀ, ਉਸ ਜੰਗਲ 'ਚ ਕੋਈ ਸ਼ੇਰ ਹੀ ਨਹੀਂ ਸੀ। ਉਸ ਵੇਲੇ ਬਘਿਆੜ ਹੀ ਜੰਗਲੀ ਰਾਜ ਦੇ ਅਸਲੀ ਵਾਰਸ ਸਨ।
ਪਰ ਬਘਿਆੜ ਰਾਜਕਾਜ ਦੇ ਕਜੀਏ 'ਚ ਨਹੀਂ ਸੀ ਪੈਣਾ ਚਾਹੁੰਦੇ। ਉਹਨਾਂ ਦੀ ਦਿਲਚਸਪੀ ਸਿਰਫ਼ ਮਾਸ ਖਾਣ 'ਚ ਸੀ। ਰਾਜਾ ਭਾਵੇਂ ਕੋਈ ਹੋਵੇ, ਬਘਿਆੜਾਂ ਦੇ ਕੰਮ 'ਚ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਸੀ। ਫਿਰ ਉਹਨਾਂ ਕਿਸੇ ਦੇ ਰਾਹ 'ਚ ਟੁੱਚਰ ਕਿਉਂ ਡਾਉਣੀ ਸੀ? ਬਾਂਦਰ ਕਈ ਦਿਨਾਂ ਤੋਂ ਪੂਛ ਚੁੱਕੀ ਤੁਰੇ ਫਿਰਦੇ ਸੀ। ਬਘਿਆੜਾਂ ਨੇ ਮਾੜਾ ਜਿਹਾ ਹੁੰਗਾਰਾ ਭਰਿਆ, ਉਹਨਾਂ ਇੱਕ ਬਾਂਦਰ ਨੂੰ ਹੀ ਜੰਗਲ ਦਾ ਰਾਜਾ ਬਣਾ ਲਿਆ। ਸੁੱਖੀ ਅਤੇ ਜੰਗੀ ਖੁੱਲ੍ਹ ਕੇ ਹੱਸੇ। ਹੱਸਣ ਵਾਲੀ ਕਿਹੜੀ ਗੱਲ ਹੈ? ਸ਼ਿੰਗਾਰਾ ਸਿੰਘ ਬੋਲਿਆ, ਜੰਗਲ ਦਾ ਰਾਜਾ ਤਾਂ ਕੋਈ ਵੀ ਹੋ ਸਕਦਾ, ਕੁੱਤਾ, ਬਿੱਲਾ, ਗਿੱਦੜ, ਰਿੱਛ ਜਾਂ ਫਿਰ ਕੋਈ ਵੀ ਹੋਰ। ਬਾਂਦਰ ਦੇ ਰਾਜਾ ਬਣਨ ਨਾਲ ਤਾਂ ਸਗੋਂ ਵਾਹਵਾ ਮੌਜਾਂ ਹੋ ਗਈਆਂ। ਜੰਗਲ 'ਚ ਕੋਈ ਨਾ ਕੋਈ ਤਮਾਸ਼ਾ ਹੁੰਦਾ ਹੀ ਰਹਿੰਦਾ। ਬਾਂਦਰ ਤਾਂ ਬਾਂਦਰ ਹੀ ਹੈ, ਸੁਭਾਅ ਹੱਥੋਂ ਮਜਬੂਰ। ਇੱਕ ਜਣਾ ਰਾਜੇ ਨੂੰ ਲੱਤਾਂ ਤੋਂ ਫੜ ਕੇ ਰਾਜ ਗੱਦੀ ਤੋਂ ਹੇਠਾਂ ਖਿੱਚ ਲੈਂਦਾ, ਆਪ ਉਹ ਕੁਰਸੀ 'ਤੇ ਬੈਠਣ ਦੀ ਕੋਸ਼ਿਸ਼ ਕਰਦਾ, ਉਹ ਹਾਲੇ ਗੁੱਥਮ ਗੁੱਥਾ ਹੀ ਹੋ ਰਹੇ ਹੁੰਦੇ, ਕੋਈ ਤੀਸਰਾ ਬਾਂਦਰ ਗੱਦੀ 'ਤੇ ਬੈਠ ਜਾਂਦਾ। ਸ਼ੁਰੂ ਸ਼ੁਰੂ 'ਚ ਜੰਗਲੀ ਜਨੌਰਾਂ ਦਾ ਖੂਬ ਜੀ ਲੱਗਾ ਰਿਹਾ। ਹੌਲੀ ਹੌਲੀ ਉਹ ਨਿੱਤ ਦੇ ਬਾਂਦਰ ਤਮਾਸ਼ੇ ਤੋਂ ਅੱਕ ਗਏ। ਉਹਨਾਂ 'ਚ ਕਈ ਤਾਂ ਖਿੱਚ ਕੇ ਪਰਾਂ ਮੂੰਹ ਫੇਰ ਲੈਂਦੇ, ਕਈਆਂ ਨੂੰ ਤਾਂ ਇਹ ਵੀ ਯਾਦ ਨਾ ਰਹਿੰਦਾ ਕਿ ਉਹਨਾਂ ਵਿੱਚੋਂ ਕਿਹੜਾ ਬਾਂਦਰ ਉਹਨਾਂ ਦਾ ਰਾਜਾ ਹੈ। ਪਰ ਬਘਿਆੜਾਂ ਨੇ ਇਸ ਗੱਲ ਤੋਂ ਕੀ ਲੈਣਾ ਸੀ? ਉਹ ਤਾਂ ਬੰਸੋ ਵਿਹਲੀ ਹੋ ਕੇ ਗਲਾਸਾਂ 'ਚ ਦੁੱਧ ਲੈ ਆਈ, ਗਲਾਸ ਫੜਾ ਕੇ ਕੋਲ ਹੀ ਬੈਠ ਗਈ। ਜੰਦਰਾ ਚੰਗੀ ਤਰ੍ਹਾਂ ਖਿੱਚ ਕੇ ਵੇਖ ਲਿਆ ਸੀ ਨਾ? ਹਾਂ, ਉਹਨੇ ਸੁਰਫੜਾ ਮਾਰ ਕੇ ਦੁੱਧ ਦਾ ਲੰਮਾ ਘੁੱਟ ਭਰਿਆ। ਸੁੱਖੀ ਅਤੇ ਜੰਗੀ ਨੂੰ ਬਾਤ ਸੁਣਨ ਦੀ ਕਾਹਲੀ ਸੀ, ਉਹਨਾਂ ਡੀਕ ਲਾ ਲਈ, ਗਲਾਸ ਖਾਲੀ ਕਰਕੇ ਪੇਟੀ 'ਤੇ ਰੱਖ ਦਿੱਤੇ। ਪੱਖੇ ਦੀ ਘੁਰ ਘੁਰ 'ਚ ਕਮਰੇ ਦਾ ਹਨੇਰਾ ਗਿੜ ਰਿਹਾ ਸੀ। ਐਤਕੀ ਕੰਧਾਂ ਵੀ ਦੋ ਦੋ ਗਿੱਠਾਂ ਹੋਰ ਉੱਚੀਆਂ ਕਰਵਾ ਦਈਏ, ਬੰਸੋ ਫੇਰ ਬੋਲੀ। ਫਿਰ ਕੀ ਹੋ? ਸ਼ਿੰਗਾਰਾ ਸਿੰਘ ਨੇ ਗਲਾਸ ਖਾਲੀ ਕਰਕੇ ਬੰਸੋ ਨੂੰ ਫੜਾ ਦਿੱਤਾ। ਖੈਰ, ਬਘਿਆੜਾਂ ਦੀ ਤਾਂ ਮੌਜ ਹੀ ਮੌਜ ਸੀ, ਨਿਆਣੇ ਕਾਹਲੇ ਪਏ ਸੀ। ਸ਼ਿੰਗਾਰਾ ਸਿੰਘ ਨੇ ਬਾਤ ਛੋਹ ਲਈ, ਜੰਗਲ ਦਾ ਰਾਜ ਜੰਗਲ ਰਾਜ ਵਾਂਗ ਹੀ ਚੱਲ ਰਿਹਾ ਸੀ। ਬਘਿਆੜ ਜਦੋਂ ਜੀ ਆਵੇ ਜਿਹਨੂੰ ਮਰਜ਼ੀ ਮਾਰ ਦਿੰਦੇ, ਜਿੰਨਾ ਮਰਜ਼ੀ ਖਾ ਲੈਂਦੇ, ਜਿੰਨਾ ਮਰਜ਼ੀ ਜੂਠਾ ਕਰਕੇ ਸੁੱਟ ਦਿੰਦੇ ਸੀ। ਬਘਿਆੜਾਂ ਦੇ ਬਚੂੰਗੜਿਆਂ ਨੇ ਤਾਂ ਹੋਰ ਵੀ ਅੱਤ ਚੁੱਕੀ ਹੋਈ ਸੀ। ਜਿਹੜਾ ਜਨੌਰ ਸਵਾਦ ਨਾ ਲੱਗਦਾ ਉਹਨੂੰ ਜ਼ਖਮੀ ਹਾਲਤ 'ਚ ਹੀ ਤੜਫਦਾ ਰਹਿਣ ਦਿੰਦੇ। ਘਾਹ ਖਾਣਿਆਂ ਦਾ ਤਾਂ ਬਸ ਰੱਬ ਹੀ ਰਾਖਾ ਸੀ, ਜਿਹੜਾ ਬਚ ਜਾਏ ਬਚ ਜਾਏ, ਜਿਹੜਾ ਮਰ ਜਾਏ ਮਰ ਜਾਏ। ਜੰਗਲ 'ਚ ਹਾਹਾਕਾਰ ਮੱਚੀ ਹੋਈ ਸੀ। ਜੰਗੀ ਸ਼ਿੰਗਾਰਾ ਸਿੰਘ ਦੀ ਬਾਂਹ ਨੂੰ ਸਿਰਹਾਣਾ ਬਣਾ ਕੇ ਲੰਮਾ ਪੈ ਗਿਆ। ਸੁੱਖੀ ਕੁਝ ਹੋਰ ਉਹਦੇ ਵੱਲ ਸਰਕ ਗਈ। ਗਲੀ 'ਚ ਕੋਈ ਅਵਾਰਾ ਕੁੱਤਾ ਅਸਮਾਨ ਵੱਲ ਮੂੰਹ ਕਰਕੇ ਰੋਇਆ। ਉਹਦਾ ਵੈਣ ਵਰਗਾ ਸੁਰ ਪਹਿਲਾਂ ਬੰਦ ਬੂਹਾ ਟੱਪਿਆ, ਫਿਰ ਵਿਹੜਾ ਲੰਘ ਕੇ ਧੁਰ ਅੰਦਰ ਪਹੁੰਚ ਗਿਆ। ਕੁੱਤਾ ਰੋਇਆ ਮਾੜਾ ਹੁੰਦਾ ਹੈ, ਬੰਸੋ ਨੇ ਹਨੇਰੇ 'ਚ ਅੱਖਾਂ ਝਮਕੀਆਂ। ਆਉਂਦੇ ਨੇ ਕੁੱਤਾ ਉਦੋਂ ਹੀ ਰੋਂਦਾ ਜਦੋਂ ਜਮਦੂਤ ਦੀਂਦੇ ਹੋਣ, ਸੁੱਤਿਆਂ ਜਾਗਦਿਆਂ ਹੁਣ ਜਮਦੂਤ ਹੀ ਤਾਂ ਦੀਂਦੇ ਨੇ। ਸ਼ਿੰਗਾਰਾ ਸਿੰਘ ਦੇ ਬੋਲ ਹਨੇਰੇ 'ਚ ਬਹੁਤ ਦੇਰ ਤੱਕ ਤੈਰਦੇ ਰਹੇ। ਕੁੱਤਾ ਲਗਾਤਾਰ ਰੋਈ ਜਾ ਰਿਹਾ ਸੀ। ਇਹਨੂੰ ਤਾਂ ਰੋਟੀ ਕਾਹਨੂੰ ਪਾਉਣੀ ਸੀ, ਇਹ ਤਾਂ ਡੇਰਾ ਪਾ ਕੇ ਬਹਿ ਗਿਆ। ਬੰਸੋ ਫਿਕਰਮੰਦ ਹੋਈ ਬੋਲੀ, ਜੇ ਭਾਵਾਂ ਨੂੰ ਖਬਰ ਹੋ ਗਈ ਤਾਂ ਮੈਂ ਉਹਨੂੰ ਬੂਹੇ ਅੱਗੋਂ ਨਸਾ ਆਉਣਾ ਵਾਂ। ਉੱਠ ਖਲੋਤਾ। ਬਾਲਾਂ ਦੀ ਬਾਤ ਅੱਧ ਵਿਚਾਲੇ ਅਟਕ ਗਈ ਸੀ, ਪਰ ਇਸ ਤਰ੍ਹਾਂ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ, ਹੁਣ ਤਾਂ ਉਹ ਆਦੀ ਹੋ ਚੁੱਕੇ ਸੀ। ਚੁੱਪ ਚਾਪ ਬੈਠੇ ਰਹੇ। ਸ਼ਿੰਗਾਰਾ ਸਿੰਘ ਕੁੰਡਾ ਖੋਲ੍ਹ ਕੇ ਵਿਹੜੇ 'ਚ ਆ ਗਿਆ। ਉਸ ਵੇਲੇ ਹਵਾ ਹੌਲੀ ਹੌਲੀ ਰੁਮਕਣ ਲੱਗ ਪਈ ਸੀ, ਅੰਬਰ ਦੇ ਤਾਰੇ ਟਿਮਟਿਮਾ ਰਹੇ ਸਨ। ਮੱਝ ਨੇ ਕੁਰਲੀ 'ਚੋਂ ਮੂੰਹ ਚੁੱਕ ਕੇ ਉਹਦੇ ਵੱਲ ਵੇਖਿਆ ਅਤੇ ਫਿਰ ਜੁਗਾਲੀ ਕਰਨ ਲੱਗ ਪਈ। ਬੰਸੋ ਉਹਦੇ ਪਿੱਛੇ ਉੱਠ ਕੇ ਬਰੂਹਾਂ 'ਚ ਆ ਖਲੋਤੀ, ਕਾਹਲੀ ਨਾਲ ਬੋਲੀ, ਬਾਹਰ ਗਲੀ 'ਚ ਜਾਣ ਬਾਰੇ ਨਾ ਸੋਚੀ, ਕੁੱਤੇ ਨੂੰ ਅੰਦਰੋਂ ਹੀ ਛਿਛਕੇੜਦੀ। ਸ਼ਿੰਗਾਰਾ ਸਿੰਘ ਨੇ ਦਰਵਾਜ਼ੇ ਨਾਲ ਲੱਗ ਕੇ ਬਾਹਰ ਦੀ ਬੜਕ ਲਈ। ਗਲੀ ਸੁੰਨ ਮਸਾਨ ਸੀ, ਦੂਰ ਤੱਕ ਕੋਈ ਪੈਰ ਚਾਪ ਨਹੀਂ ਸੀ। ਉਹਨੇ ਟੁੱਟੇ ਘੜੇ ਦਾ ਬੱਬਰ ਚੁੱਕਿਆ, ਕੁੱਤੇ ਦੀ ਆਵਾਜ਼ ਦਾ ਅੰਦਾਜ਼ਾ ਲਾ ਕੇ ਕੰਧ ਉੱਤੋਂ ਦੀ ਗਲੀ 'ਚ ਵਗਾ ਮਾਰਿਆ। ਬੱਬਰ ਗਲੀ 'ਚ ਡਿੱਕੇ ਠੀਕਰੀਆਂ 'ਚ ਵੰਡਿਆ ਗਿਆ। ਕੁੱਤਾ ਤਰਬ ਗਿਆ, ਰੋਣਾ ਭੁੱਲ ਕੇ ਖਤਰੇ ਵਾਲੀ ਥਾਂ ਤੋਂ ਪਰਾਂ ਨੂੰ ਖਿਸਕ ਗਿਆ। ਸ਼ਿੰਗਾਰਾ ਸਿੰਘ ਵਾਪਸ ਮੁੜਿਆ ਤਾਂ ਮੱਝ ਮੁੜ ਉਹਦੇ ਵੱਲ ਔਲੀ।
ਉਹ ਖਲੋ ਕੇ ਮੱਝ ਦੇ ਕੰਨ ਪਿੱਛੇ ਖੁਰਕਣ ਲੱਗ ਪਿਆ। ਮੱਝ ਸ਼ਾਂਤ ਹੋ ਗਈ। ਉਹਦੇ ਮਨ 'ਚ ਪਤਾ ਨਹੀਂ ਕੀ ਆਈ, ਉਹ ਕਿੱਲੇ 'ਤੇ ਪੈਰ ਰੱਖ ਕੇ ਖੁਰਲੀ 'ਤੇ ਚੜ੍ਹ ਗਿਆ। ਕੰਧ ਦੇ ਦੂਜੇ ਪਾਸੇ ਹਨੇਰੇ 'ਚ ਉਹਦਾ ਪਿੰਡ ਫੈਲਿਆ ਸੀ। ਉਹਦੇ ਪਿੰਡ ਵੱਲ ਕੁਝ ਇਸ ਤਰ੍ਹਾਂ ਵੇਖਿਆ ਜਿਵੇਂ ਉਮਰ ਕੈਦੀ ਜੇਲ੍ਹ ਦੇ ਝਰੋਖੇ ਥਾਣੇ ਸਿੱਖਾਂ ਦੇ ਪਾਰ ਫੈਲੇ ਨੀਲੇ ਅੰਬਰ ਵੱਲ ਵੇਖ, ਪਰ ਉੱਥੇ ਇੱਛਾਵਾਂ ਵਰਗਾ ਕੁਝ ਵੀ ਨਹੀਂ ਸੀ, ਬਸ ਹਨੇਰੇ ਦੇ ਲਿਬੜੇ ਮਕਾਨ ਸਨ। ਕਿਸੇ ਵੀ ਘਰ 'ਚੋਂ ਚਾਨਣ ਦੀਆਂ ਕਿਰਨਾਂ ਨਹੀਂ ਸੀ ਫੁੱਟ ਰਹੀਆਂ। ਹਾਲੇ ਰਾਤ ਨੇ ਪਹਿਲਾ ਪੈਰ ਹੀ ਫੁੱਟਿਆ ਸੀ, ਪਰ ਲੋਕ ਘਰਾਂ 'ਚ ਗੁੰਮ ਸੁੰਮ ਸਨ, ਜਿਵੇਂ ਮਾਸ ਦੀਆਂ ਕੰਧਾਂ ਦੇ ਅੰਦਰਵਾਰ ਬੰਦੇ ਦੀ ਬੇਬਸੀ ਹੁੰਦੀ ਹੈ। ਘਰ ਸੁੱਤੇ ਹੋਏ ਹੋਣ ਦਾ ਦਿਖਾਵਾ ਕਰ ਰਹੇ ਸਨ। ਉਹ ਆਪਣੇ ਨਾ ਹੋਣ ਉੱਤੇ ਅਕਸਰ ਪਰੇਸ਼ਾਨ ਹੋਇਆ ਸੀ, ਪਰ ਉਸ ਪਲ ਉਹਨੂੰ ਘਰਾਂ ਦੇ ਹੋਣ ਉੱਤੇ ਵੀ ਰੋਣ ਜਿਹਾ ਆਇਆ। ਘਰਾਂ ਦੀਆਂ ਬੱਤੀਆਂ ਹੁਣ ਪਤਾ ਨਹੀਂ ਕਦੋਂ ਬਲਣਗੀਆਂ। ਉਹਦਾ ਬਾਤ ਸੁਣਾਉਣ ਦਾ ਰੌਂ ਬੁੱਝ ਗਿਆ, ਪਰ ਬਾਲਾਂ ਨੇ ਕਿਸੇ ਦਾ ਕੀ ਗਵਾਇਆ ਸੀ, ਕਿਸੇ ਨੇ ਵੀ ਕਿਸੇ ਦਾ ਕੀ ਗਵਾਇਆ ਸੀ। ਆ ਕੇ ਉਸ ਅੰਦਰੋਂ ਕਮਰੇ ਦਾ ਕੁੰਡਾ ਲਾ ਲਿਆ। ਜਦੋਂ ਬਿਸਤਰੇ ਤੱਕ ਗਿਆ ਤਾਂ ਸੁੱਖੀ ਅਧੂਰੀ ਬਾਤ ਦਾ ਸਿਰਾ ਫੜੇ ਹਨੇਰੇ ਵੱਲ ਅੱਖਾਂ ਪਾੜ ਪਾੜ ਵੇਖ ਰਹੀ ਸੀ। ਜੰਗੀ ਸੌਂ ਗਿਆ ਸੀ, ਉਹਨੇ ਜੰਗੀ ਨੂੰ ਚੁੱਕ ਕੇ ਬੰਸੋ ਨਾਲ ਪਾ ਦਿੱਤਾ। ਬਿਸਤਰੇ ਦਾ ਸਿਰਹਾਣਾ ਠੀਕ ਕਰਕੇ ਉਹ ਅੱਧ ਲੇਟਿਆ ਜਿਹਾ ਪੈ ਗਿਆ। ਸੁੱਖੀ ਹੀਂ ਵਾਲੇ ਪਾਸੇ ਸਰਕ ਗਈ। ਫਿਰ ਅੱਗੇ ਕੀ ਹੋਇਆ, ਕਿੱਥੇ ਸੀ ਆਪਾਂ ਭਲਾ, ਤੁਸੀਂ ਵੀ ਹੱਦ ਕਰ ਦਿਓ। ਸੁੱਖੀ ਕੁਝ ਬੇਸਬਰੀ ਨਾਲ ਬੋਲੀ, ਬਘਿਆੜ ਜਨੌਰਾਂ ਨੂੰ ਖਾਈ ਜਾ ਰਹੇ ਨੇ ਅਤੇ ਹਾਂ ਹਾਂ ਸੁਣ, ਸ਼ਿੰਗਾਰਾ ਸਿੰਘ ਕੁਝ ਛਿੱਥਾ ਹੋਇਆ ਕਾਹਲੀ ਨਾਲ ਬੋਲਿਆ, ਫਿਰ ਕੀ ਹੋਣਾ ਸੀ, ਪਰਜਾ ਨੇ ਤਾਂ ਆਪਣੇ ਰਾਜੇ ਅੱਗੇ ਹੀ ਫਰਿਆਦ ਕਰਨੀ ਹੁੰਦੀ ਹੈ। ਉਹ ਇਕੱਠੇ ਹੋ ਕੇ ਬਾਂਦਰ ਕੋਲ ਜਾ ਪਹੁੰਚੇ, ਦੁਹਾਈ ਹੈ ਸਰਕਾਰ ਦੁਹਾਈ ਹੈ, ਪਰ ਜਨੌਰਾਂ ਦੀ ਆਵਾਜ਼ ਰਾਜੇ ਤੋਂ ਬਹੁਤੀ ਉਰਾਂ ਹੀ ਰਹਿ ਗਈ। ਰਾਜੇ ਦੁਆਲੇ ਬਾਂਦਰਾਂ ਦਾ ਝੁਰਮਟ ਸੀ, ਬਾਕੀ ਬਾਂਦਰਾਂ ਵਾਂਗ ਰਾਜੇ ਬਾਂਦਰ ਨੂੰ ਵੀ ਖੁਰਕ ਕਰਵਾਉਣ ਦੀ ਪਹਿਲਾਂ ਤੋਂ ਹੀ ਆਦਤ ਸੀ। ਆਪਣੇ ਰੁਤਬੇ ਕਾਰਨ ਉਹ ਮਹਾਨ ਹੋ ਗਿਆ ਸੀ, ਹਰ ਕੋਈ ਉਹਦੇ ਹੀ ਵੱਧ ਤੋਂ ਵੱਧ ਖੁਰਕ ਕਰਨਾ ਚਾਹੁੰਦਾ ਸੀ। ਹੌਲੀ ਹੌਲੀ ਰਾਜੇ ਦੁਆਲੇ ਖੁਰਕ ਕਰਨ ਵਾਲੇ ਬਾਂਦਰਾਂ ਦੀ ਗਿਣਤੀ ਵੱਧਦੀ ਗਈ। ਉਹ ਭੀੜ ਇੰਨੀ ਜ਼ਿਆਦਾ ਹੋ ਗਈ ਕਿ ਭੀੜ ਦੇ ਅੰਦਰ ਬਾਹਰ ਬੈਠੇ ਬਾਂਦਰ ਰਾਜੇ ਨੂੰ ਬਾਂਦਰਾਂ ਦੇ ਚੀਕ ਚਿਹਾੜੇ ਤੋਂ ਬਿਨਾਂ ਹੋਰ ਕੋਈ ਵੀ ਆਵਾਜ਼ ਨਹੀਂ ਸੀ ਸੁਣਦੀ। ਖੈਰ ਉਹ ਬਾਂਦਰਾਂ ਦੇ ਰੌਲੇ ਦਾ ਪਹਿਲਾਂ ਤੋਂ ਹੀ ਆਦੀ ਸੀ। ਖੁਰਕ ਦੇ ਸਵਾਦ 'ਚ ਗੜੂੰਦ ਹੋਇਆ ਔਖਾ ਮਿੱਟੀ ਘੰਟਿਆਂ ਬੱਧੀ ਬੈਠਾ ਰਹਿੰਦਾ ਸੀ। ਜਨੌਰ ਕਈ ਦਿਨ ਲਗਾਤਾਰ ਗਲਾ ਪਾੜ ਪਾੜ ਚੀਕਦੇ ਰਹੇ, ਦੁਹਾਈ ਹੈ ਸਰਕਾਰ ਦੁਹਾਈ ਹੈ। ਜਨੌਰਾਂ ਦੀ ਫਰਿਆਦ ਬਾਂਦਰਾਂ ਦੇ ਚੀਕ ਚਿਹਾੜੇ 'ਚ ਗੁਆਚਦੀ ਰਹੀ ਅਤੇ ਇੱਕ ਦਿਨ ਰਾਜੇ ਤੋਂ ਬਹੁਤ ਉਰਾਂ ਕੁਝ ਬਾਂਦਰ ਝੁਰਮਟ 'ਚ ਬੈਠੇ ਇੱਕ ਦੂਜੇ ਦੀਆਂ ਜੂਆਂ ਲੱਭ ਲੱਭ ਮਾਰ ਰਹੇ ਸੀ। ਜਨੌਰਾਂ ਦੇ ਰੌਲੇ ਕਾਰਨ ਉਹਨਾਂ ਦੀ ਇਕਾਗਰਤਾ ਭੰਗ ਹੋ ਰਹੀ ਸੀ। ਉਹਨੇ ਜਨੌਰਾਂ ਨੂੰ ਛਿਛਕੇ ਰਿਹਾ, ਪਰ ਜਨੌਰ ਢੀਠਪੁਣੇ ਦੇ ਤਾਣ ਬੈਠੇ ਰਹੇ। ਬਾਂਦਰਾਂ ਨੇ ਗੁੱਸੇ 'ਚ ਦੰਦਾਂ ਨਾਲ ਕਿਟ ਕਿਟ ਕੀਤੀ। ਨਕਲਚੀਏ ਤੋਂ ਪਹਿਲਾਂ ਹੀ ਸੀ ਉਹਨਾਂ ਜਨੌਰਾਂ ਨੂੰ ਖਿਡਾਉਣ ਲਈ ਜਨੌਰਾਂ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਹੇ ਕੁੱਚੀ ਕੀਤੀ, ਦੁਹਾਈ ਹੈ ਸਰਕਾਰ ਦੁਹਾਈ ਹੈ। ਬਾਂਦਰਾਂ ਦੀ ਆਵਾਜ਼ ਨਾਲ ਰਲ ਕੇ ਜਨੌਰਾਂ ਦੀ ਆਵਾਜ਼ ਇੰਨੀ ਉੱਚੀ ਹੋ ਗਈ ਕਿ ਰਾਜੇ ਦੇ ਕੰਨਾਂ ਤੱਕ ਜਾ ਪਹੁੰਚੀ। ਰਾਜੇ ਨੇ ਤ੍ਰਭ ਕੇ ਅੱਖਾਂ ਖੋਲ੍ਹੀਆਂ, ਫਿਰ ਬਾਂਦਰਾਂ ਵੱਲ ਵੇਖਿਆ, ਇਹ ਕੌਣ ਦੁਖੀ ਪ੍ਰਾਣੀ ਨੇ? ਬਾਹਰ ਚੌਂਕੇ 'ਚ ਕੋਈ ਭਾਂਡਾ ਡਿੱਗਿਆ। ਸ਼ਿੰਗਾਰਾ ਸਿੰਘ ਨੇ ਹੱਥ ਲੰਮਾ ਕਰਕੇ ਪੱਖੇ ਦਾ ਬਟਨ ਬੰਦ ਕਰ ਦਿੱਤਾ, ਬਾਹਰ ਦੀ ਬਿੜਕ ਲਈ। ਬਾਹਰ ਕੋਈ ਹੈਗਾ? ਬੰਸੋ ਦੇ ਕੰਬਣੀ ਵਰਗੇ ਬੋਲਾਂ ਦੀ ਫੁਸਫਸਾਟ ਉਹਨੇ ਕੰਨਾਂ ਲਾਗੇ ਸੁਣੀ। ਉੱਠ ਕੇ ਬੂਹੇ ਵੱਲ ਔਲਿਆ, ਵੇਖੀ ਬੂਹਾ ਨਾ ਖੋਲ੍ਹੀ। ਉਹਦੇ ਪੈਰ ਬੂਹੇ ਤੋਂ ਉਰਾਂ ਹੀ ਬਰਫ਼ ਹੋ ਗਏ। ਉਹਨੂੰ ਲੱਗਾ ਬਾਹਰ ਕੋਈ ਤੁਰਿਆ ਫਿਰਦਾ ਸੀ। ਮੁੜ ਕੋਈ ਭਾਂਡਾ ਡਿੱਗਿਆ, ਫਿਰ ਦੂਰ ਤੱਕ ਰਿੜਦਾ ਗਿਆ। ਸੁੱਖੀ ਛਾਪਲੀ ਪਈ ਰਹੀ, ਮਿਆਂ। ਚੌਂਕੇ 'ਚ ਬਿੱਲੀ ਨੇ ਲਿਬੜਿਆ ਮੂੰਹ ਜ਼ਬਾਨ ਨਾਲ ਪੂੰਝਿਆ ਅਤੇ ਕੰਧ ਟੱਪ ਗਈ। ਛਾਤੀ ਅੰਦਰ ਉਹਦਾ ਦਿਲ ਫਸੇ ਹੋਏ ਪਰਿੰਦੇ ਵਾਂਗ ਫੜ ਫੜ ਕਰ ਰਿਹਾ ਸੀ। ਪੈਰ ਹੇਠ ਲਮਕਾਈ ਉਹ ਮੰਜੇ ਦੀ ਹੀਂ 'ਤੇ ਹਫਿਆ ਹੋਇਆ ਬੈਠਾ ਰਿਹਾ। ਸਾਹ ਕੁਝ ਸਾਵੇਂ ਹੋਏ ਤਾਂ ਉਹਨੇ ਮੱਥੇ ਤੋਂ ਮੁੜਕਾ ਪੂੰਝਿਆ। ਪੱਖੇ ਦਾ ਸਵਿੱਚ ਦੱਬਣ ਲੱਗਿਆਂ ਉਹਦੀਆਂ ਉਂਗਲਾਂ ਕੰਬ ਰਹੀਆਂ ਸੀ। ਉਹਨੇ ਉੱਠ ਕੇ ਪਾਣੀ ਪੀਤਾ, ਮੁੜ ਮੰਜੇ ਦੀ ਹੀਂ 'ਤੇ ਬੈਠ ਗਿਆ।
ਸੁਖੀ ਚੁੱਪ ਗੁੜੁੱਪ ਪਈ ਹੋਈ ਸੀ, ਜਿਵੇਂ ਬਾਤ ਨਹੀਂ ਉਹਦਾ ਮੂੰਹ ਬੰਦ ਕੀਤਾ ਹੋਇਆ ਸੀ। ਉਹਨੇ ਪਹਿਲਾਂ ਵਾਂਗੂ ਬਾਤ ਗਾਂਹ ਤੋਰਨ ਦੀ ਕੋਈ ਵੀ ਕਾਹਲੀ ਨਾ ਵਿਖਾਈ। ਸ਼ਿੰਗਾਰਾ ਸਿੰਘ ਸੋਚੀ ਡੁੱਬਾ ਕੁਝ ਚਿਰ ਸੁਖੀ ਦੇ ਚਿਹਰੇ ਦਾ ਹਨੇਰਾ ਵੇਖਦਾ ਰਿਹਾ। ਸੁਖੀ ਦੇ ਸਿਰ 'ਤੇ ਹੱਥ ਫੇਰਦਿਆਂ ਉਹਨੇ ਆਪ ਹੀ ਬਾਤ ਛੇੜ ਲਈ। ਬਾਂਦਰ ਰਾਜੇ ਨੇ ਜਨੌਰਾਂ ਦੀ ਦੁੱਖ ਭਰੀ ਕਹਾਣੀ ਸੁਣੀ। ਉਹਦਾ ਚਿਹਰਾ ਅਤੇ ਪਿੱਛਾ ਭਾਵੇਂ ਪਹਿਲਾਂ ਹੀ ਲਾਲ ਸੀ, ਪਰ ਗੁੱਸੇ 'ਚ ਹੋਰ ਵੀ ਸੂਹਾ ਦਿਸਣ ਲੱਗ ਪਿਆ। ਉਹ ਰਾਜਾ ਸੀ, ਇਸ ਜਿਲਣ 'ਚੋਂ ਉਹਨੇ ਹੀ ਪਰਜਾ ਨੂੰ ਬਾਹਰ ਕੱਢਣਾ ਸੀ। ਉਹ ਸੋਚੀ ਡੁੱਬਾ ਰੁੱਖ ਤੋਂ ਹੇਠਾਂ ਉਤਰਿਆ, ਮੁੜ ਚੜ੍ਹ ਗਿਆ। ਫਿਰ ਉਹਨੂੰ ਪਤਾ ਨਹੀਂ ਕੀ ਹੋਇਆ, ਉਹ ਕਾਹਲੀ ਨਾਲ ਰੁੱਖ ਤੋਂ ਹੇਠਾਂ ਉਤਰਦਾ ਅਤੇ ਮੁੜ ਚੜ੍ਹ ਜਾਂਦਾ। ਹੌਲੀ ਹੌਲੀ ਉਹਦੀ ਰੁੱਖ 'ਤੇ ਚੜ੍ਹਨ ਉਤਰਨ ਦੀ ਚਾਲ ਤੇਜ਼ ਅਤੇ ਫਿਰ ਹੋਰ ਤੇਜ਼ ਹੋਈ ਗਈ। ਬਾਂਦਰ ਰਾਜਾ ਸਾਹ ਉਸਾਹੀ ਹੋ ਗਿਆ। ਉਹ ਸਾਹ ਲੈਣ ਲਈ ਇੱਕ ਛਿਣ ਰੁਕਿਆ, ਜਨੌਰਾਂ ਨੂੰ ਬੈਠਿਆਂ ਵੇਖ ਕੇ ਹੈਰਾਨ ਜਿਹਾ ਹੋਇਆ। ਤੁਸੀਂ ਹਾਲੇ ਗਏ ਨਹੀਂ, ਹੋਰ ਅਸੀਂ ਕਿੱਥੇ ਜਾਈਏ ਸਰਕਾਰ? ਉਹਨਾਂ 'ਚੋਂ ਇੱਕ ਜਣਾ ਨਿੰਮੋ ਝੂਣਾ ਜਿਹਾ ਹੋਇਆ ਬੋਲਿਆ, ਤੁਸੀਂ ਸਾਡੇ ਰਾਜਾ ਹੋ, ਭਗਿਆੜ ਸਾਨੂੰ ਬੇਤਹਾਸ਼ਾ ਮਾਰੀ ਜਾ ਰਹੇ ਨੇ, ਇਸ ਤਰ੍ਹਾਂ ਤਾਂ ਅਸੀਂ ਮੁੱਕ ਹੀ ਜਾਵਾਂਗੇ, ਕੁਝ ਕਰੋ ਸਰਕਾਰ। ਮੂਰਖੋ, ਕਿ ਤੁਸੀਂ ਵੇਖਦੇ ਨਹੀਂ ਕਿ ਮੈਂ ਤੁਹਾਡੇ ਲਈ ਕਦੋਂ ਦਾ ਭੱਜ ਦੌੜ ਕਰ ਰਿਹਾ? ਇਹਦਾ ਕੁਛ ਤਾਂ ਸਿੱਟਾ ਨਿਕਲੂਈ, ਬਾਂਦਰ ਰਾਜਾ ਖਿਝ ਅਤੇ ਗੁੱਸੇ ਦੇ ਰਲਵੇਂ ਭਾਵ ਨਾਲ ਬੋਲਿਆ। ਤੁਸੀਂ ਜਾਓ ਘਰੋ ਘਰੀ, ਬੇਫਿਕਰ ਹੋ ਕੇ ਜਾਓ, ਮੇਰੀਆਂ ਕੋਸ਼ਿਸ਼ਾਂ ਬਾਕਾਇਦਾ ਜਾਰੀ ਰਹਿਣਗੀਆਂ। ਇਹਨਾਂ ਕਹਿ ਕੇ ਉਸ ਰੁੱਖ 'ਤੇ ਮੁੜ ਚੜ੍ਹਨਾ ਉਤਰਨਾ ਸ਼ੁਰੂ ਕਰ ਦਿੱਤਾ। ਭਵੱਤਰੇ ਹੋਏ ਜਨੌਰਾਂ ਨੇ ਬਾਂਦਰ ਰਾਜੇ ਦੀ ਭੱਜ ਦੌੜ ਵੇਖੀ ਅਤੇ ਆਪੋ ਆਪਣੇ ਘੋਰਨਿਆਂ ਵੱਲ ਪਰਤ ਗਏ। ਬਘਿਆੜਾਂ ਨੂੰ ਪਤਾ ਲੱਗਾ ਉਹ ਲੋਹੇ ਲਾਕੇ ਹੋ ਗਏ ਕਿ ਜਨੌਰਾਂ ਦਾ ਇਹ ਹੌਸਲਾ ਵੀ ਬਾਂਦਰ ਕੋਲ ਜਾ ਕੇ ਚੁਗਲੀ ਕਰਨ। ਉਹ ਮਿੱਥ ਕੇ ਜਨੌਰਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦੇਣ ਲੱਗ ਪਏ। ਇੱਕ ਰਾਤ ਇੱਕ ਮੋਟੇ ਬਘਿਆੜ ਨੇ ਮਾਸੂਮ ਜਿਹੇ ਖਰਗੋਸ਼ ਨੂੰ ਰਾਹ 'ਚ ਘੇਰ ਲਿਆ। ਜਨੌਰਾਂ ਨੂੰ ਮਾਰਨ ਨਾ ਮਾਰਨ ਬਾਰੇ ਜਾਂ ਫਿਰ ਖਾਣ ਨਾ ਖਾਣ ਬਾਰੇ ਬਘਿਆੜਾ ਨੇ ਸੋਚਣਾ, ਨਾ ਕਿ ਬਾਂਦਰ ਨੇ। ਬਸ ਹਾਲੇ ਜਾਗੋ ਮਿੱਟੀ 'ਚ ਸੀ, ਉਹ ਅੱਬੜਵਾਏ ਉੱਠ ਬੈਠੀ। ਕੀ ਹੈ, ਤੁਸੀਂ ਗੋਲੀ ਚੱਲਣ ਦੀ ਆਵਾਜ਼ ਨਹੀਂ ਸੁਣੀ? ਨਹੀਂ ਤਾਂ, ਸ਼ਿੰਗਾਰਾ ਸਿੰਘ ਨੇ ਇੱਕ ਵਾਰੀ ਫਿਰ ਪੱਖਾ ਬੰਦ ਕਰਤਾ। ਗੋਲੀ ਇੱਕ ਵਾਰ ਮੁੜ ਰਾਤ ਦੀ ਚੁੱਪ ਨੂੰ ਚੀਰ ਗਈ ਅਤੇ ਫਿਰ ਗੋਲੀਆਂ ਲਗਾਤਾਰ ਚੱਲਣ ਲੱਗ ਪਈਆਂ। ਲੱਗਦਾ ਹੈ ਮੁਕਾਬਲਾ ਹੋ ਰਿਹਾ, ਤੂੰ ਸੌਂ ਜਾ ਚੁੱਪ ਕਰਕੇ, ਸ਼ਿੰਗਾਰਾ ਸਿੰਘ ਦੇ ਮੂੰਹੋਂ ਉੱਪਰੀ ਜਿਹੀ ਆਵਾਜ਼ ਨਿਕਲੀ। ਹਾਲੇ ਗੋਲੀਆਂ ਦੂਰ ਚੱਲ ਰਹੀਆਂ ਨੇ, ਆਵਾਜ਼ਾਂ ਨਾਰੇ ਕੀ ਪੱਤੀ ਵਾਲੇ ਪਾਸਿਓਂ ਆ ਰਹੀਆਂ ਸੀ। ਬਾਂਸੋ ਦੇ ਸੰਸਿਆਂ ਦੇ ਬੋਲ ਹਨੇਰੇ 'ਚ ਕੰਬੇ, ਕੀ ਗੋਲੀਆਂ ਹਾਲੇ ਵੀ ਦੂਰ ਹੀ ਚੱਲ ਰਹੀਆਂ ਨੇ? ਬਾਂਸੋ ਦੀ ਗੱਲ ਅਣਗੌਲੀ ਕਰਨ ਦੇ ਯਤਨ ਵਿੱਚ ਉਹਨੇ ਪੱਖੇ ਦਾ ਸਵਿੱਚ ਮੁੜ ਦੱਬ ਦਿੱਤਾ। ਪੱਖੇ ਦੀ ਘੁਰ ਘੁਰ ਕਾਲੀ ਰਾਤ ਵਿੱਚ ਫੈਲ ਗਈ, ਪਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਪਹਿਲਾਂ ਵਾਂਗ ਹੀ ਆਉਂਦੀਆਂ ਰਹੀਆਂ। ਫਿਰ ਅਚਨਚੇਤੀ ਚੁੱਪ ਪਸਰ ਗਈ। ਸਿਆਹ ਚੁੱਪ 'ਚ ਬੀਂਡਿਆਂ ਅਤੇ ਚਿੱਡੀਆਂ ਦੀਆਂ ਆਵਾਜ਼ਾਂ ਜਾਗ ਪਈਆਂ। ਚੁੱਪ ਦਾ ਇਹ ਲਿਬਾਸ ਹੋਰ ਵੀ ਭਿਆਨਕ ਸੀ। ਇਸ ਭਿਆਨਕਤਾ ਤੋਂ ਘਬਰਾ ਕੇ ਉਹ ਕਾਹਲੀ ਨਾਲ ਬੋਲਿਆ, ਸੁਖੀ ਤੂੰ ਵੀ ਸੌਵੀਂ ਨਾ, ਸੁਣਦੀ ਹੈ ਨਾ ਤੂੰ, ਮੈਂ ਬਸ ਬਾਤ ਮੁਕਾਉਣ ਹੀ ਲੱਗਾ ਵਾਂ, ਜ਼ਰਾ ਕੁ ਬਾਕੀ ਹੈ। ਪਤਾ ਅੱਗੇ ਕੀ ਹੋਇਆ? ਬਘਿਆੜ ਨੇ ਗੁਰ ਗੁਰ ਕੀਤੀ, ਉਹਦੇ ਤਿੱਖੇ ਦੰਦ ਬਾਹਰ ਵੱਲ ਝਾਕ ਕੇ ਉਹਦੇ ਖੂਨੀ ਪੰਜੇ ਹੌਲੀ ਹੌਲੀ ਖਰਗੋਸ਼ ਵੱਲ ਵਧੇ। ਮੈਂ ਹੁਣ ਤੈਨੂੰ ਮਾਰਨ ਲੱਗਾ, ਬੁਲਾ ਬਾਂਦਰ ਨੂੰ, ਮੈਂ ਵੀ ਵੇਖਾਂ ਭਲਾ ਅਤੇ ਅਗਲੇ ਛਿਣ। ਸੁਖੀ ਨੇ ਸਹਿਮ ਕੇ ਚੀਕ ਮਾਰੀ, ਜਿਵੇਂ ਭਿਆਨਕ ਸੁਪਨੇ 'ਚੋਂ ਜਾਗੀ ਹੋਵੇ। ਉਹ ਡਰੀ ਹੋਈ ਸ਼ਿੰਗਾਰਾ ਸਿੰਘ ਦੇ ਨਾਲ ਚਿੰਬੜ ਗਈ। ਨਹੀਂ ਬਾਪੂ, ਨਹੀਂ ਸੁਣਨੀ ਮੈਂ ਬਾਤ, ਇਹ ਬਾਤ ਸੁਣਦਿਆਂ ਤਾਂ ਲੱਗਦਾ ਸੀ ਜੰਗਲ 'ਚ ਹਾਂ। ਧੰਨਵਾਦ।